ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਅੱਛਾ ਬਾਬਾ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਹਜ਼ਰਤ ਨਿਆਸ਼ਾ ਬੁਖਾਰੀ ਹਨ, ਉਹ ਇੱਥੇ ਕੱਢਣ ਆਏ ਹਨ, ਉਹ ਕੀ ਮਕਸਦ ਗਿਣਦੇ ਹੈ ਇਲਾਕੇ 'ਚ? ਅਸੀਂ ਦੂਰ ਦਰਾਜ ਤੋਂ ਆਏ, ਇਰਾਨ ਦੇ ਮੂਲ ਕੇ ਕਿਉਂ ਆਏ? ਜੀ ਹਾਂ, ਤਖੀ ਸ਼ਾਬਾਦ ਕਲੰਦਰ ਦੀ ਜਾ ਕੇ ਕਈ ਸਾਹਿਬ ਰਹੇ ਹਨ। ਜੀ ਹਾਂ, ਉਸ ਸਾਈਂ ਹੁਕਮ ਤੇ ਇਹ ਇਲਾਕੇ ਦੇ ਵਿੱਚ ਆਏ, ਯਾਨੀ ਕਿ ਥਾਲ ਦੇ ਇਲਾਕੇ 'ਚ ਆਏ। ਜੀ ਹਾਂ, ਥਾਲ ਦੇ ਇਲਾਕੇ ਤਕਰੀਬਨ 400 ਸਾਲ ਗੁਜ਼ਰ ਗਏ। ਅੱਛਾ ਜੀ ਹਾਂ, ਇਹਦੇ ਬੜੇ ਮੁਰੀਦ ਹਨ ਦੂਰ ਦਰਾਜ ਦੇ। ਅੱਛਾ, ਇੱਥੇ ਲੋਕਾਂ ਕੋਲ ਮੁਸਲਮਾਨ ਬੜੀ ਤਬੜੀ ਕੀਤੀ ਹੈ। ਠੀਕ ਹੈ, ਅਤੇ ਇਹਦੇ ਦੂਰ ਦਰਾਜ ਦੇ ਮੁਰੀਦ ਹਨ, ਕੌਮ ਨਿਖਾਰੀ ਹਰ ਪਾਕਿਸਤਾਨ ਦੇ ਕੋਨੇ ਦੇ ਉੱਤੇ ਇਹ ਮੁਰੀਦ ਹਨ। ਅੱਛਾ ਜੀ ਹਾਂ, ਅਤੇ ਆਹਦੇ ਇੱਥੇ ਇੱਕ ਮੇਲਾ ਲੱਗਦਾ ਹੈ, ਉਹ ਮੇਲਾ ਕੌਮ ਉੱਚਲੀ ਸਤ੍ਹਾ ਦੇ ਹਜ਼ਾਰਾਂ ਦੀ ਤਾਦਾਦ ਉੱਠੋ ਨਹੀਂ ਸਹੀ। ਜੀ ਹਾਂ, ਦੁਕਾਨਾਂ ਹਜ਼ਾਰਾਂ ਦੀ ਤਾਦਾਦ ਵਿੱਚ ਹੁੰਦਾ, ਬੜਾ ਧੂਮ ਧਾਮ ਧੂਮ ਧਾਮ ਦਾ ਮੇਲਾ ਹੁੰਦਾ ਹੈ। ਅੱਛਾ ਜੀ ਹਾਂ, ਅਤੇ ਤੁਹਾਨੂੰ ਇੱਥੇ ਆਏ ਹੋਏ ਬਾਬਾ ਜੀ ਦੀ ਨਗਰੀ ਬਾਬਾ ਜੀ ਹੁੰਦਾ ਮੇਲਾ ਕਿਤਨੇ ਦਿਨ ਰਹਿ ਰਹੇ ਇੱਥੇ? ਅਸੀਂ 20 ਦਿਹਾੜੇ 20-25 ਦਿਹਾੜੇ ਰਹਿ ਰਹੇ। ਅੱਛਾ, ਯਾਨੀ ਕਿ